ਅੱਜ ਇੱਥੇ ਅੰਮ੍ਰਿਤਸਰ ਜੇਲ੍ਹ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਕ੍ਰਿਮੀਨਲ ਜਸਟਿਸ ਸਿਸਟਮ ਤੋਂ ਜੁੜੇ ਹੋਏ ਜਿੰਨੇ ਵੀ ਸਟੇਕ ਹੋਲਡਰਸ ਨੇ, ਪੁਲਿਸ, ਪ੍ਰੋਸੀਕਿਊਸ਼ਨ, ਜੁਡੀਸ਼ਰੀ, ਉਹਨਾਂ ਦੇ ਸਾਰਿਆਂ ਦੇ ਔਰ ਲੋ ਆਫਿਸਰਸ, ਇਹਨਾਂ ਦੇ ਸਾਰਿਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਬੇਸਿਕ ਪਰਪਜ਼ ਸੀਗਾ ਕਿ ਜਿਹੜੀ ਸਾਡੀ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਜੁਡੀਸ਼ੀਅਲ ਪ੍ਰੋਸੀਡਿੰਗਸ ਦੇ ਵਿੱਚ ਜਿਹੜੀ ਤਰੁੱਟੀਆਂ ਹੈ, ਜਿਹੜੀ ਕੁਝ ਕਮੀ ਪੇਸ਼ੀਆਂ ਹੈ, ਉਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਵੇ। ਡੀਜੀਪੀ ਸਾਹਿਬ ਵੱਲੋਂ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ, IG ਪ੍ਰੈਜ਼ੈਂਸ ਔਰ ਮੈਂ ਉਸ ਨੂੰ ਹੈੱਡ ਕਰਦੇ ਹਾਂ, ਬਾਕੀ ਸਾਡੇ ਕੋਆਪਰੇਟਿਵ ਮੈਂਬਰਸ ਨੇ। ਔਰ ਸਾਡਾ ਮੇਨ ਮੁੱਦਾ ਇਹੀ ਸੀਗਾ ਕਿ ਜਿਹੜੇ ਸਾਡੇ ਟ੍ਰਾਇਲਸ ਹੈ, ਉਸ ਨੂੰ ਕਿਸ ਤਰ੍ਹਾਂ ਅਸੀਂ ਫਾਸਟ ਕਰੀਏ ਤਾਂ ਕਿ ਜਿਹੜਾ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹ ਹੋਰ ਜ਼ਿਆਦਾ ਇਫੈਕਟਿਵ ਹੋ ਸਕੇ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲ ਸਕੇ। ਇਸ ਤੋਂ ਇਲਾਵਾ ਜੇਲ੍ਹ ਅਥਾਰਟੀਜ਼ ਨਾਲ ਮਿਲ ਕੇ ਜਿਹੜੇ ਜੇਲ੍ਹ ਦੀ ਆਪਣੀ ਕੁਝ ਸਿਕਿਉਰਿਟੀ ਇਸ਼ੂਜ਼ ਹੈ, ਜਿਹੜੇ ਕੁਝ ਹੋਰ ਸਮੱਸਿਆਵਾਂ ਨੇ, ਉਹਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇ। ਐਕਚੁਅਲੀ ਇਹ ਜਿਹੜੀ ਕਮੇਟੀ ਹੈ ਇਸਨੇ ਆਪਣੀ ਰਿਕਮੈਂਡੇਸ਼ਨਸ ਤਿਆਰ ਕੀਤੀਆਂ ਜੋ ਅਸੀਂ ਛੇਤੀ ਸਰਕਾਰ ਨੂੰ, ਮਾਨਯੋਗ ਹਾਈਕੋਰਟ ਨੂੰ ਔਰ DG ਸਾਹਿਬ ਦੇ ਰਾਹੀਂ ਭੇਜਾਂਗੇ ਔਰ ਜਿਹੜੀ ਸਾਡੀ ਰਿਕਮੈਂਡੇਸ਼ਨ ਹੈ ਉਹਨੂੰ ਛੇਤੀ ਇੰਪਲੀਮੈਂਟ ਕੀਤਾ ਜਾਵੇਗਾ। ਅਥਾਰਿਟੀਜ਼ ਜ਼ਿਆਦਾ ਤੁਹਾਨੂੰ ਜੇਲ੍ਹ ਦੇ ਅੰਦਰ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਦੇ ਬਾਰੇ ਤੁਹਾਨੂੰ ਦੱਸ ਦੇਣਗੇ ਬਾਅਦ 'ਚ। ਸੋ ਸਾਡਾ ਮੇਨ ਮਕਸਦ ਇਹ ਸੀਗਾ ਕਿ ਅੱਜ ਸਾਰੇ ਸੀਨੀਅਰ ਅਧਿਕਾਰੀ ਇੱਥੇ, ਕਮਿਸ਼ਨਰ ਅੰਮ੍ਰਿਤਸਰ, DIG ਬਾਰਡਰ ਔਰ ਮੇਰੇ ਨਾਲ IG ਲਾਅ ਐਂਡ ਆਰਡਰ ਸਾਹਿਬ ਆਏ ਹੋਏ ਆ, ਜੁਡੀਸ਼ੀਅਲ ਸਰਵਿਸਿਜ਼ ਤੋਂ ਸਾਡੇ ਕੋਲ ਆਫਿਸਰ ਸੀਗੇ, ਪ੍ਰੋਸੀਕਿਊਸ਼ਨ ਦੇ ਆਫਿਸਰ ਸੀਗੇ। ਸੋ ਮੇਨ ਸੀਗਾ ਕਿ ਅਸੀਂ ਸਾਰੇ ਬੈਠ ਕੇ ਇਸ ਚੀਜ਼ 'ਤੇ ਵਿਚਾਰ ਵਿਮਰਸ਼ ਕਰੀਏ ਕਿ ਕਿਸ ਤਰ੍ਹਾਂ ਪੇਸ਼ੀਆਂ ਨੂੰ ਵਧਾਇਆ ਜਾ ਸਕੇ ਕੋਰਟ ਦੇ ਵਿੱਚ, ਔਰ ਜਿਹੜਾ ਸਾਡਾ ਕੋਈ ਕਮੀਆਂ ਹੈਗੀਆਂ ਜਿਹਦੇ ਕਰਕੇ ਜੁਡੀਸ਼ੀਅਲ ਪ੍ਰੋਸੈਸ ਡਿਲੇ ਹੁੰਦਾ ਹੈ ਉਸ ਨੂੰ ਘਟਾਇਆ ਜਾਏ। ਆਈ ਐਮ ਸ਼ੋਰ 100% ਕਿ ਇਹ ਔਰ ਜੋ ਵੀ ਸਾਡੇ ਰਿਕਮੈਂਡੇਸ਼ਨਸ ਹੋਣਗੀਆਂ ਉਹ ਸਾਰੇ ਸਟੇਟ ਦੇ ਉੱਤੇ ਅਸੀਂ ਭੇਜਾਂਗੇ ਔਰ ਇਸ ਦਾ ਬਹੁਤ ਪੋਜ਼ਿਟਿਵ ਰਿਜ਼ਲਟ ਤੁਹਾਡੇ ਸਾਹਮਣੇ। ਥੈਂਕ ਯੂ ਵੈਰੀ ਮੱਚ। ਨਹੀਂ ਨਹੀਂ ਸਾਡੀ ਕੋਸ਼ਿਸ਼ ਤਾਂ ਇਹੀ ਹੈ ਕਿ 100% VC 'ਤੇ ਆ ਜਾਏ, ਬਟ ਇਟ ਇਜ਼ ਅ ਟ੍ਰਾਂਜੀਸ਼ਨ ਅਜੇ, ਮਤਲਬ ਕਿਤੇ ਕੋਈ ਕਮੀ ਪੇਸ਼ੀਆਂ ਹੈਗੀਆਂ, ਕੋਈ ਸੋਫਟਵੇਅਰ ਦੀ, ਕੋਈ ਹਾਰਡਵੇਅਰ ਦੀ, ਉਹ ਸਾਰੀਆਂ ਦੂਰ ਕਰਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਆ ਕਿ 100% ਕੇਸਿਸ ਦੇ ਵਿੱਚ ਆਪਾਂ ਇਹ ਕਰਾ ਸਕਦੇ ਹਾਂ, ਕੋਈ ਲੀਗਲ ਹਿੱਚ ਨਹੀਂ ਹੈ। ਸੋ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਹੋਰ ਫਾਸਟ ਟਰੈਕ 'ਤੇ ਲੈ ਕੇ ਜਾਈਏ ਔਰ ਵੱਧ ਤੋਂ ਵੱਧ ਕੇਸਿਸ ਦੇ ਵਿੱਚ, ਭਾਵੇਂ ਗਵਾਹੀ ਹੈ, ਭਾਵੇਂ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਐਕਸਟੈਂਡ ਕਰਨ, ਉਹ ਸਾਰਾ ਕੰਮ VC ਦੇ ਥਰੂ ਕਰਾਇਆ ਜਾ ਸਕਦਾ। ਬਹੁਤ ਸਾਰੀ ਹਜ਼ਾਰਾਂ ਦੇ ਸੰਖਿਆ ਦੇ ਵਿੱਚ ਨਫ਼ਰੀ ਸਾਡੀ ਸਿਰਫ ਇਸੇ ਕੰਮ 'ਤੇ ਲੱਗੀ ਹੁੰਦੀ ਹੈ ਕਿ ਉਹਨਾਂ ਨੂੰ ਪੇਸ਼ ਕਰਾਉਣਾ, ਵਾਪਸ ਲਿਆਉਣਾ। ਇੱਕ ਤਾਂ ਮੈਨ ਪਾਵਰ ਦੀ ਸੇਵਿੰਗ ਹੋਏਗੀ, ਦੂਸਰਾ ਜਿਹੜਾ ਸਭ ਤੋਂ ਵੱਡਾ ਫਾਇਦਾ ਇਹਦਾ ਹੈ ਕਿ ਸਾਡਾ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹ ਫਾਸਟ ਹੋਏਗਾ। ਜਿਹੜੇ ਜਿਹੜੀ ਜਿਹੜੀ ਪੇਸ਼ੀਆਂ ਜੇ VC ਤੋਂ ਸ਼ੁਰੂ ਹੋ ਜਾਣ ਤਾਂ ਉਹ ਛੇਤੀ ਸਾਡੇ ਫੈਸਲੇ ਆਉਣੇ ਸ਼ੁਰੂ ਹੋ ਜਾਣਗੇ
ਔਰ ਇਹ ਬਹੁਤ ਵੱਡਾ ਇੱਕ ਚੀਜ਼ ਹੈ। ਚਲੋ ਦੈਟ ਇਜ਼ ਮੈਂ ਇਟ ਇਜ਼ ਅ ਪਾਰਟ ਆਫ ਦ ਰਿਪੋਰਟ ਐਂਡ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਇਹਨੂੰ ਵੱਧ ਤੋਂ ਵੱਧ ਲਿਜਾਈਏ ਔਰ 100% ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਥੈਂਕ ਯੂ ਜੀ। ਹਾਂ, VC ਦਾ ਜਿਹੜਾ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਜੁਡੀਸ਼ੀਅਲ ਕੰਪਲੈਕਸਿਸ ਦੇ ਵਿੱਚ ਔਰ ਜਿਹੜਾ ਸਾਡੀ ਜੇਲ੍ਹਾਂ ਦੇ ਵਿੱਚ ਹੈ ਉਸਦੇ ਬਾਰੇ ਵੀ ਵਿਸਤ੍ਰਿਤ ਚਰਚਾ ਕੀਤੀ ਗਈ ਔਰ ਮੇਨ ਪਰਪਸ ਇਹੀ ਹੈ ਕਿ ਜਿਹੜਾ ਕੋਹੀਸ਼ਨ ਹੈ ਇਸਨੂੰ ਖਤਮ ਕਰਕੇ ਇਸਨੂੰ ਸਮੂਥਨੈਸ ਲਾਈ ਜਾਵੇ ਸਿਸਟਮ ਦੇ ਵਿੱਚ ਤਾਂ ਕਿ ਸਾਡੇ ਜਿਹੜੇ ਜੁਡੀਸ਼ੀਅਲ ਪ੍ਰੋਸੀਡਿੰਗਸ ਹੈ ਉਹ ਫਾਸਟ ਹੋ ਸਕੇ। ਪੈਂਡੈਂਸੀ ਦੇਖੋ, ਇਟ ਵੈਰੀਜ਼ ਫਰੋਮ ਮੰਥ ਟੂ ਮੰਥ। ਪੁਲਿਸ ਦੇ ਵੱਲੋਂ ਜਿਹੜੀ ਪੇਸ਼ੀਆਂ ਕੀਤੀਆਂ ਜਾਂਦੀਆਂ ਨੇ, ਕਈ ਕਾਰਨ ਹੁੰਦੇ ਆ, ਕਈ ਵਾਰ ਪੇਸ਼ੀਆਂ ਮਿਸ ਹੋ ਜਾਂਦੀਆਂ ਨੇ, ਕਈ ਵਾਰ VC ਲਿੰਕ ਦੀ ਕੋਈ ਇਸ਼ੂਜ਼ ਹੈ, ਕੋਈ ਸੋਫਟਵੇਅਰ ਪਲੇਟਫਾਰਮਸ ਦੇ ਇਸ਼ੂਜ਼ ਹੈਗੇ, ਇਹ ਜਿਹੜੇ ਵੱਖਰੇ ਵੱਖਰੇ ਇਸ਼ੂਜ਼ ਹੈ ਇਹ ਸਾਰੇ ਅਸੀਂ ਇਹਨਾਂ 'ਤੇ ਵਿਚਾਰ ਕੀਤਾ ਔਰ ਛੇਤੀ ਅਸੀਂ ਇੱਕ ਰਿਕਮੈਂਡੇਸ਼ਨਸ ਆਪਣੀ ਦੇਵਾਂਗੇ ਤਾਂ ਕਿ ਉਸ 'ਤੇ ਅਮਲ ਕਰਦਿਆਂ ਹੋਇਆ ਇਹ ਜਿਹੜਾ ਜਸਟਿਸ ਸਿਸਟਮ ਹੈ ਇਸਨੂੰ ਫਾਸਟ ਟਰੈਕ 'ਤੇ ਲਾਇਆ ਜਾ ਸਕੇ। ਮੈਂ ਸਿਰਫ ਇੰਨਾ ਹੀ ਕਹਿਣਾ ਚਾਹੂੰਗਾ, ਬੇਸਿਕਲੀ ਇਹ ਜੇਲ੍ਹ ਡਿਪਾਰਟਮੈਂਟ ਦਾ ਮਸਲਾ ਹੈ, ਇੱਕ ਇਸ਼ੂ ਹੈਗਾ ਹੈ ਔਰ ਕੁਝ ਜੇਲ੍ਹਾਂ 'ਚ ਜੈਮਰਸ ਲੱਗੇ ਆ, ਕੁਝ ਲੱਗ ਰਹੇ ਆ, ਕੁਝ ਹੋਰ ਵੀ ਸਰਕਾਰ ਵੱਲੋਂ ਕਾਫੀ ਪੈਸਾ ਦਿੱਤਾ ਗਿਆ ਹੈ ਔਰ ਬੈਟਰਮੈਂਟ ਆਫ ਦਾ ਸਿਕਿਉਰਿਟੀ ਫੋਰ ਇਨਕਰੀਜ਼ਿੰਗ ਦਾ ਸਿਕਿਉਰਿਟੀ ਆਫ ਦਾ ਜੇਲਸ, ਸੋ ਉਹ ਸਾਰੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਜਿਸ ਤਰ੍ਹਾਂ ਮੋਬਾਈਲ ਫੋਨਸ ਜਾਂ ਕੋਈ ਚਲਾ ਜਾਂਦਾ ਹੈ ਉਸਨੂੰ ਬਿਲਕੁਲ ਹੀ ਰੋਕਿਆ ਜਾ ਸਕੇ। ਇਹ ਸਾਰਾ ਜੇਲ੍ਹ ਡਿਪਾਰਟਮੈਂਟ ਵੱਲੋਂ ਵੀ ਸੀਨੀਅਰ ਅਧਿਕਾਰੀਆਂ ਦੀ ਕਮੇਟੀਆਂ ਬਣੀਆਂ ਹੋਈਆਂ, ਦੇ ਆਰ ਆਲਸੋ ਲੁਕਿੰਗ ਇਨ ਟੂ ਇਟ। ਕਈ ਤਰੀਕੇ ਹੈਗੇ ਆ, ਕਈ ਵਾਰ ਥਰੋ ਦੇ ਜ਼ਰੀਏ ਪਹੁੰਚਦੇ ਆ, ਕਈ ਵਾਰ ਸਮਗਲ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਜਾਂਦੇ ਆ, ਸੋ ਬਾਡੀ ਸਕੈਨਰਸ ਔਰ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜੇਲ੍ਹ ਡਿਪਾਰਟਮੈਂਟ ਵੱਲੋਂ ਤਾਂ ਕਿ ਇਹ ਜਿਹੜਾ ਫੋਨ ਸਮਗਲ ਹੋ ਕੇ ਅੰਦਰ ਜਾਂਦਾ ਇਹਨੂੰ ਰੋਕਿਆ ਜਾ ਸਕੇ ਔਰ ਜਿੱਥੇ ਕੋਈ ਨਹੀਂ। ਦੇਖੋ, ਮੈਂ ਆਈ ਕੈਨ ਓਨਲੀ ਟੈਲ ਯੂ ਅਬਾਊਟ ਵਾਟ ਪੁਲਿਸ ਇਜ਼ ਡੂਇੰਗ ਐਂਡ ਸਾਡੇ ਵੱਲੋਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਫੋਨ ਰਿਕਵਰੀ ਦਾ ਕੇਸ ਸਾਹਮਣੇ ਆਉਂਦਾ ਹੈ, ਇਮੀਡੀਏਟ ਐਕਸ਼ਨ ਇਜ਼ ਟੇਕਨ, FIR ਇਜ਼ ਲੌਜ ਔਰ ਜੇ ਕਿਸੇ ਮੁਲਾਜ਼ਮ ਦੀ ਜਾਂ ਕਿਸੇ ਪੁਲਿਸ ਜਾਂ ਜੇਲ੍ਹ ਅਥਾਰਿਟੀ ਜਾਂ ਮੁਲਾਜ਼ਮ ਦੀ ਕੋਈ ਕੋਲੂਜਨ ਨਜ਼ਰ ਆਉਂਦੀ ਹੈ ਉਹਨਾਂ ਦੇ ਖਿਲਾਫ਼ ਵੀ ਐਕਸ਼ਨ ਲਿਆ ਜਾਂਦਾ। ਟੋਟਲੀ ਅੰਡਰ ਕੰਟਰੋਲ ਐਂਡ ਸਾਡੇ ਇਸ ਸਾਲ ਦੇ ਵਿੱਚ 39 ਦੇ ਕਰੀਬ ਇਨਕਾਊਂਟਰਸ ਹੋਏ ਜਿਹਦੇ ਵਿੱਚ ਇਹ ਜਿਹੜੇ ਮੁਲਜ਼ਮ ਹੈ ਇਹਨਾਂ ਨੇ ਦੁਸਾਹਸ ਕੀਤਾ, ਜ਼ਖਮੀ ਹੋਏ ਔਰ 9 ਬੰਦੇ 9 ਕੇਸਾਂ ਦੇ ਵਿੱਚ ਵੀ ਹੈਵ ਬੀਨ ਏਬਲ ਟੂ ਨਿਊਟਰਲਾਈਜ਼ ਦੀਸ ਬੈਡ ਐਲੀਮੈਂਟਸ ਜਿੱਥੇ ਇਹਨਾਂ ਨੇ ਪੁਲਿਸ ਦੇ ਉੱਤੇ ਅਟੈਕ ਕੀਤਾ।
So law and order is totally under control. All major cases have been traced. On drug front also, we have had a record recovery this year. Over 1200 kilograms of heroin has been recovered, and we are fully geared up to face all these challenges. Thank you. ਕਿੰਨਾ ਨਾ ਇਹ ਪੂਰਾ ਦੇਖੋ ਇਹ ਇਹਦਾ ਬਜਟ ਨਹੀਂ ਹੈ, ਇਹ ਹਰ ਡਿਸਟ੍ਰਿਕਟ ਕੋਰਟਸ ਦੇ ਵਿੱਚ ਟਰਮੀਨਲਸ ਲੱਗੇ ਹੋਏ ਆ, ਔਰ ਇਸੇ ਤਰ੍ਹਾਂ ਸਾਡੀ ਜੇਲ੍ਹਾਂ ਦੇ ਵਿੱਚ ਵੀ ਟਰਮੀਨਲਸ ਲੱਗੇ ਹੋਏ ਆ। ਜਿਹੜਾ ਹਾਰਡਵੇਅਰ ਹੈ ਉਹ ਸਾਰਾ ਪਹੁੰਚ ਚੁੱਕਿਆ ਹੈ, ਹੁਣ ਥੋੜ੍ਹਾ ਜਿਹਾ ਸੋਫਟਵੇਅਰ ਦਾ ਇਸ਼ੂ ਹੈ ਜੋ ਜਿਹੜਾ ਅਸੀਂ ਰਿਜ਼ੋਲਵ ਕਰਕੇ ਇਸ ਨੂੰ ਛੇਤੀ ਇਹਦੀ ਇਫੈਕਟਿਵਨੈਸ ਵਧਾ ਦਾਂਗੇ। ਥੈਂਕ ਯੂ ਬਹੁਤ ਛੇਤੀ ਕਰਨ ਦੀ ਕੋਸ਼ਿਸ਼।